ਪੰਜਾਬ 'ਚ ਚੋਣਾਂ ਹੋਣੀਆਂ ਸੀ ਇੱਥੋਂ ਕਰੋਨਾ ਗਾਇਬ ਹੋ ਗਿਆ। ਇਹ ਕੈਪਟਨ ਦੀ ਪੋਤੀ ਦਾ ਵਿਆਹ ਹੋਇਆ ਉੱਥੋਂ ਕਰੋਨਾ ਗਾਇਬ ਹੋ ਗਿਆ। ਅੱਜ ਬੰਗਾਲ 'ਚ ਚੋਣਾਂ ਹੋਣੀਆਂ ਉੱਥੋਂ ਗਾਇਬ ਹੋ ਗਿਆ। ਸਾਡੀ ਯੂਨੀਵਰਸਿਟੀ 'ਚ ਵੀ ਇੱਕ ਨੰਬਰ ਗੇਟ ਤੋਂ ਹੀ ਵੜਦਾ ਕਰੋਨਾ, ਉਹਨੂੰ ਬੰਦ ਕੀਤਾ ਹੋਇਆ, 2 ਤੇ 3 ਤੋਂ ਵੜਦਾ ਨਹੀਂ ਹੈਗਾ। ਤਾਂ ਹਾਈ ਕੋਰਟ ਦਾ ਆਰਡਰ ਇੱਥੇ 2 ਵਾਰ ਆ ਚੁੱਕਿਆ, 2 ਵਾਰ ਵੀ ਯੂਨੀਵਰਸਿਟੀ ਦੇ ਅੰਦਰ ਸੈਨਟ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ, ਫਿਰ ਚੋਣਾਂ ਦਾ ਫਰਮਾਨ ਕਿਉਂ ਨਹੀਂ ਲਾਗੂ ਕੀਤਾ ਜਾਂਦਾ। ਦੂਜਾ, ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਸੀਂ ਫਿਰ ਬਾਰ ਬਾਰ ਚੇਤਾਵਨੀ ਦਿੰਦੇ ਹਾਂ ਵੀ ਪਿਛਲੇ ਸਾਲ ਅਸੀਂ ਗਲਤੀਆਂ ਕਰ ਲਈਆਂ ਤੁਹਾਡੀਆਂ ਗੱਲਾਂ ਮੰਨ ਕੇ, ਇਸ ਵਾਰ ਉਹ ਗਲਤੀਆਂ ਇੱਥੋਂ ਦੇ ਵਿਦਿਆਰਥੀ ਨਹੀਂ ਦੁਹਰਾਉਣਗੇ। ਉਹ ਆਪਦੀਆਂ ਲਾਇਬ੍ਰੇਰੀਆਂ, ਆਪਦੇ ਹੋਸਟਲ, ਆਪਦੀਆਂ ਮੈਸਾਂ, ਆਪਦੀ ਯੂਨੀਵਰਸਿਟੀ ਛੱਡ ਕੇ ਕਿਤੇ ਵੀ ਜਾਣਗੇ ਤੇ ਅਸੀਂ ਇੱਥੇ ਹੀ ਬੈਠਾਂਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਲਾਇਬ੍ਰੇਰੀ ਖੁਲਵਾਉਣ ਤੇ ਬੱਚਿਆਂ ਨੂੰ ਹੋਸਟਲਾਂ ਵਿੱਚ ਰਹਿਣ ਦੇਣ ਨੂੰ ਲੈ ਕੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ। ਵਿਦਿਆਰਥੀ ਲਾਇਬ੍ਰੇਰੀ ਖੁਲਵਾਉਣ ਲਈ ਸੰਘਰਸ਼ ਕਰ ਰਹੇ ਨੇ। ਉਹਨਾਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੂਨੀਵਰਸਿਟੀ ਨੂੰ ਖਾਲੀ ਕਰਵਾਉਣਾ ਚਾਹੁੰਦੇ ਨੇ। ਨਾਲ ਹੀ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਰੋਨਾ ਦਾ ਬਹਾਨਾ ਬਣਾ ਕੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਕਰਦੇ ਆ ਜਿੱਥੇ ਜੀ ਇਹਨਾਂ ਦਾ ਹੁੰਦਾ ਸਿਰਫ ਉੱਥੇ ਹੀ ਪਹੁੰਚਦਾ ਹੈ। ਜਦੋਂ ਪੰਜਾਬ 'ਚ ਚੋਣਾਂ ਹੋਣੀਆਂ ਸੀ ਇੱਥੋਂ ਕਰੋਨਾ ਗਾਇਬ ਹੋ ਗਿਆ। ਇਹ ਕੈਪਟਨ ਦੀ ਪੋਤੀ ਦਾ ਵਿਆਹ ਹੋਇਆ ਉੱਥੋਂ ਕਰੋਨਾ ਗਾਇਬ ਹੋ ਗਿਆ। ਅੱਜ ਬੰਗਾਲ 'ਚ ਚੋਣਾਂ ਹੋਣੀਆਂ ਉੱਥੋਂ ਗਾਇਬ ਹੋ ਗਿਆ। ਸਾਡੀ ਯੂਨੀਵਰਸਿਟੀ 'ਚ ਵੀ ਇੱਕ ਨੰਬਰ ਗੇਟ ਤੋਂ ਹੀ ਵੜਦਾ ਕਰੋਨਾ, ਉਹਨੂੰ ਬੰਦ ਕੀਤਾ ਹੋਇਆ, 2 ਤੇ 3 ਤੋਂ ਵੜਦਾ ਨਹੀਂ ਹੈਗਾ। ਤੇ ਇੱਥੇ ਵੀ ਇਕੱਲਾ ਵਿਦਿਆਰਥੀਆਂ ਦੀ ਲਾਇਬ੍ਰੇਰੀ 'ਚ ਹੁੰਦਾ। ਆਹ ਸਾਰਾ ਜਿੰਨੇ ਆਸ ਪਾਸ ਵੱਡੇ ਵੱਡੇ ਬੰਗਲੇ ਦੇਖ ਰਹੇ ਹਾਂ ਅਸੀਂ, ਇਹ ਸਾਰੇ ਮੋਟੀਆਂ ਮੋਟੀਆਂ ਤਨਖਾਹਾਂ ਕੁੱਟਣ ਵਾਲੇ, 2-2 ਲੱਖ ਰੁਪਈਆ ਡਕਾਰ ਨਾਲੇ, 2 ਘੰਟੇ ਆਨਲਾਈਨ ਕਲਾਸਾਂ ਲੈ ਕੇ ਬੈਠੇ ਇੱਥੇ 1 ਸਾਲ ਤੋਂ ਐਸ਼ ਕਰਦੇ, ਇਹਨਾਂ ਵਿੱਚੋਂ ਕੋਈ ਨਹੀਂ ਇੱਥੇ ਬੋਲਦਾ। ਗੱਲ ਕੀ ਆ ਵੀ ਕਰੋਨਾ ਸਿਰਫ ਸਾਡੇ ਲਈ ਆ, ਇਹਨਾਂ ਨੂੰ ਆਪਦੇ ਘਰ ਖਾਲੀ ਕਰਨ ਨੂੰ ਨਹੀਂ ਕਿਹਾ ਗਿਆ, ਸਾਡੇ ਹੋਸਟਲ ਕਿਉਂ ਖਾਲੀ ਕਰਾਏ ਜਾਂਦੇ ਨੇ? ਅੱਜ ਵੀ ਇੱਥੇ ਇਹੀ ਗੱਲਾਂ ਹੋ ਰਹੀਆਂ ਨੇ ਵੀ ਜਦੋਂ ਨੌਜਵਾਨ ਵਿਦਿਆਰਥੀ ਵਾਪਸ ਕੈਂਪਸ ਦੇ ਵਿੱਚ ਪਹੁੰਚਣਾ ਚਾਹੁੰਦੇ ਨੇ, ਵਾਪਸ ਆਪਣੀਆਂ ਲਾਇਬ੍ਰੇਰੀਆਂ 'ਚ ਬੈਠ ਕੇ ਪੜ੍ਹਨ ਦੀ ਗੱਲ ਕਰਦੇ ਆ, ਤਾਂ ਉਦੋਂ ਇਹਨਾਂ ਦੇ ਆਰਡਰ ਆਉਂਦੇ ਆ, ਫਰਮਾਨ ਆਉਂਦੇ ਨੇ, ਕਹਿੰਦੇ ਚੰਡੀਗੜ੍ਹ ਪ੍ਰਸ਼ਾਸਨ ਦਾ ਆਰਡਰ ਆਇਆ ਵੀ ਇੱਥੇ ਸਕੂਲ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ। ਜਦੋਂ ਕੱਲ੍ਹ ਉਸ ਮੀਟਿੰਗ ਦੇ ਵਿੱਚ ਇਹਨਾਂ ਨਾਲ ਅਸੀਂ ਬੈਠਦੇ ਹਾਂ, ਅਸੀਂ ਸਿੱਧਾ ਜਵਾਬ ਮੰਗਿਆ ਵੀ ਜਿਹੜਾ ਆਰਡਰ ਆਇਆ, ਜਿਹੜਾ ਫਰਮਾਨ ਆਇਆ, ਉਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਵੀ ਵਿਦਿਅਕ ਸੰਸਥਾਵਾਂ, ਦੈਟ ਇਜ਼ ਸਕੂਲਸ ਐਂਡ ਕਾਲਜਸ, ਜਿਨ੍ਹਾਂ ਦੀ ਪੜ੍ਹਾਈ ਪਹਿਲਾਂ ਸ਼ੁਰੂ ਹੋ ਗਈ, ਬੰਦ ਉਹਨਾਂ ਨੂੰ ਕਰੋਗੇ ਤੁਸੀਂ? ਉਹ ਮੂਰਖੋ, ਸਾਡੀ ਤਾਂ ਪੜ੍ਹਾਈ ਹੋਈ ਨਹੀਂ ਸ਼ੁਰੂ ਕੀਤੀ, ਸਾਨੂੰ ਤਾਂ ਪਹਿਲਾਂ ਹੀ ਆਨਲਾਈਨ ਪੜ੍ਹਾ ਰਹੇ ਹੋ। ਇਸ ਕਰਕੇ ਫਿਰ ਵੀ ਅਥਾਰਟੀਆਂ ਆਪਦੀ ਗੱਲ 'ਤੇ ਹਜੇ ਵੀ ਅੜੀਆਂ ਹੋਈਆਂ ਨੇ ਅਤੇ ਉਹਨਾਂ ਨੂੰ ਦੁਬਾਰਾ ਫਿਰ ਅਸੀਂ ਇਹ ਗੱਲ ਪੁੱਛੀ ਵੀ ਇੱਦਾਂ ਹੀ ਜੇ ਤੁਸੀਂ ਫਰਮਾਨਾਂ ਦੇ ਉੱਤੇ ਆਪਦੇ ਲਾਗੂ ਕਰਦੇ ਹੋ। ਤਾਂ ਹਾਈ ਕੋਰਟ ਦਾ ਆਰਡਰ ਇੱਥੇ 2 ਵਾਰ ਆ ਚੁੱਕਿਆ, 2 ਵਾਰ ਵੀ ਯੂਨੀਵਰਸਿਟੀ ਦੇ ਅੰਦਰ ਸੈਨਟ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ, ਫਿਰ ਚੋਣਾਂ ਦਾ ਫਰਮਾਨ ਕਿਉਂ ਨਹੀਂ ਲਾਗੂ ਕੀਤਾ ਜਾਂਦਾ? ਦੂਜੇ ਪਾਸੇ ਜਦੋਂ 5 ਮਹੀਨੇ ਪਹਿਲਾਂ ਵਿਦਿਅਕ ਅਦਾਰੇ ਖੋਲ੍ਹਣ ਦੀ ਗੱਲ ਕਰਤੀ ਸੀ UGC ਨੇ, ਸੈਂਟਰਲ ਸਰਕਾਰ ਨੇ, ਉਦੋਂ ਇੱਥੇ ਕਿਉਂ ਨਹੀਂ ਲਾਗੂ ਹੁੰਦਾ? ਗੱਲ ਸਿਰਫ ਇੰਨੀ ਆ ਵੀ ਇਹ ਵਾਈਸ ਚਾਂਸਲਰ ਨੂੰ ਮੌਕਾ ਚਾਹੀਦਾ ਵੀ ਵਿਦਿਆਰਥੀ ਇੱਥੋਂ ਖਾਲੀ ਕਰ ਦੇਣ ਯੂਨੀਵਰਸਿਟੀ। ਇਹਨੂੰ ਚੰਗਾ ਲੱਗਦਾ ਵੀ ਇੱਥੇ ਯੂਨੀਵਰਸਿਟੀ ਦੇ ਵਿੱਚ ਮੈਂ ਸੈਰਾਂ ਕਰਾਂ ਅਤੇ ਇੱਥੇ ਘੁੰਮਾਂ ਫਿਰਾਂ ਵਿਦਿਆਰਥੀਆਂ ਦੇ ਵਿਦਰੋਹਾਂ ਤੋਂ, ਵਿਦਿਆਰਥੀਆਂ ਦੇ ਪੜ੍ਹਨ ਲਿਖ ਤੋਂ, ਇਹਨਾਂ RSS, ਇਹਨਾਂ ਸਾਵਰਕਰ ਵਰਗਿਆਂ ਦੇ ਚੇਲਿਆਂ ਨੂੰ ਹਮੇਸ਼ਾ ਤੋਂ ਡਰ ਲੱਗਦਾ ਆ। ਇਸੇ ਕਰਕੇ ਅੱਜ ਅਸੀਂ ਵਿਦਿਆਰਥੀ ਇੱਥੇ ਡਟੇ ਹੋਏ ਹਾਂ ਬਈ ਸਾਡੀਆਂ ਲਾਇਬ੍ਰੇਰੀਆਂ 'ਚ ਕੋਈ ਕਰੋਨਾ ਨਹੀਂ ਹੈਗਾ, ਅਤੇ ਕਰੋਨਾ ਦਾ ਡਰਾਮਾ ਬੰਦ ਕਰੋ ਯਾਰ। 2 ਲੱਖ ਬੰਦਾ ਬੈਠਾ ਉੱਥੇ ਬਾਰਡਰ 'ਤੇ, ਇੱਕ ਵੀ ਕਰੋਨਾ ਨਾਲ ਮੌਤ ਨਹੀਂ ਹੋਈ, ਮੌਤਾਂ ਇਕੱਲੀਆਂ ਤੁਹਾਡੀਆਂ ਹੁੰਦੀਆਂ, ਸਾਡੀਆਂ ਨੌਜਵਾਨ ਇੱਥੇ ਸਾਰੇ ਖੜੇ ਨੇ, ਕੁਛ ਨਹੀਂ ਹੁੰਦਾ ਇੱਥੇ। ਗੱਲ ਕੀ ਆ ਵੀ ਇਹਦਾ ਬਹਾਨਾ, ਸਾਨੂੰ ਵੀ ਇਹ ਗੱਲਾਂ ਤੋੜਨੀਆਂ ਚਾਹੀਦੀਆਂ, ਇਹ ਵਹਿਮ ਕੱਢਣੇ ਚਾਹੀਦੇ ਆ ਵੀ ਸਿਰਫ ਅਤੇ ਸਿਰਫ ਇਹਨੂੰ ਉਦੋਂ ਤੱਕ ਵਰਤਿਆ ਜਾਊਗਾ, ਸਾਡੇ ਹੱਕ ਕੁਤਲਣ ਕੁਚਲਣ ਲਈ ਵਰਤਿਆ ਜਾਊਗਾ, ਪੈਸੇ ਸਾਡੇ ਤੋਂ ਗਰਾਹੇ ਜਾਣਗੇ ਜੇ ਅਸੀਂ ਸਾਰੇ ਇਸੇ ਤਰ੍ਹਾਂ ਚੁੱਪ ਕਰਕੇ ਆਪਦੇ ਮੂੰਹਾਂ ਦੇ ਉੱਤੇ ਝੱਬੂ ਲਾ ਕੇ ਬੈਠੇ ਰਹਾਂਗੇ। ਤਾਂ ਇਹ ਵੀ ਕਰੋਨਾ ਦਾ ਡਰ ਕੱਢਣ ਦੀ ਲੋੜ ਆ। ਦੂਜਾ, ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਸੀਂ ਫਿਰ ਬਾਰ ਬਾਰ ਚੇਤਾਵਨੀ ਦਿੰਦੇ ਹਾਂ ਵੀ ਪਿਛਲੇ ਸਾਲ ਅਸੀਂ ਗਲਤੀਆਂ ਕਰ ਲਈਆਂ ਤੁਹਾਡੀਆਂ ਗੱਲਾਂ ਮੰਨ ਕੇ, ਇਸ ਵਾਰ ਉਹ ਗਲਤੀਆਂ ਇੱਥੋਂ ਦੇ ਵਿਦਿਆਰਥੀ ਨਹੀਂ ਦੁਹਰਾਉਣਗੇ। ਉਹ ਆਪਦੀਆਂ ਲਾਇਬ੍ਰੇਰੀਆਂ, ਆਪਦੇ ਹੋਸਟਲ, ਆਪਦੀਆਂ ਮੈਸਾਂ, ਆਪਦੀ ਯੂਨੀਵਰਸਿਟੀ ਛੱਡ ਕੇ ਕਿਤੇ ਨਹੀਂ ਜਾਣਗੇ ਤੇ ਅਸੀਂ ਇੱਥੇ ਹੀ ਬੈਠਾਂਗੇ। ਇਨਕਲਾਬ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਦੱਸ ਦੇ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬੀਤੇ ਕੱਲ ਯੂਨੀਵਰਸਿਟੀ ਦੇ ਪ੍ਰਸ਼ਾਸਨ ਖਿਲਾਫ ਰੋਸ ਮਾਰਚ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤੀ ਜਾਵੇ। ਨਾਲ ਹੀ ਵਿਦਿਆਰਥੀਆਂ ਨੇ ਕਿਹਾ ਕਿ ਜਿੰਨਾ ਸਮਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਾਇਬ੍ਰੇਰੀ ਨਹੀਂ ਖੋਲ੍ਹੀ ਜਾਂਦੀ, ਉਹਨਾਂ ਸਮਾਂ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ।
ब्यूरो रिपोर्ट पंजाबी लोक चैनल।